ਪਹਿਲਾਂ ਭੰਨੀ ਸਕੂਲ ਬੱਸ, ਫਿਰ ਤੋੜਿਆ ਮੋਟਰਸਾਈਕਲ, ਆਹ ਵੇਖੋ ਸ਼ਰੇਆਮ ਗੁੰਡਾਗਰਦੀ, ਦਾਤਰ ਮਾਰ ਕੇ ਜ਼ਖਮੀ ਕਰਤੇ ਕਈ ਲੋਕ। ਤਾਂ ਦੱਸਦੇ ਕਿ ਕੁਝ ਹਮਲਾਵਰਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਇਹ ਸਕੂਲ ਬੱਸ ਦੀ ਭੰਨ ਤੋੜ ਕਰਦੇ ਨੇ ਅਤੇ ਫਿਰ ਕਈ ਵਾਹਨਾਂ ਨੂੰ ਵੀ ਇਹਨਾਂ ਦੇ ਵੱਲੋਂ ਭੰਨ ਦਿੱਤਾ ਜਾਂਦਾ ਹੈ ਅਤੇ ਘਰ 'ਤੇ ਵੀ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਦੱਸਦੇ ਕਿ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਘਰ ਦੇ ਵਿੱਚ ਹਮਲਾਵਰ ਵੜਦੇ ਨੇ ਤਾਂ ਪਹਿਲਾਂ ਉਹ ਦਾਤਰ ਨਾਲ ਘਰ ਦੇ ਗੇਟ 'ਤੇ ਹਮਲਾ ਕਰਦੇ ਨੇ ਅਤੇ ਫਿਰ ਘਰ 'ਚ ਖੜ੍ਹੀ ਸਕੂਲ ਬੱਸ 'ਤੇ ਹਮਲਾ ਕਰ ਦਿੰਦੇ ਨੇ। ਤਾਂ ਮੌਕੇ 'ਤੇ ਇੱਕ ਗੱਡੀ ਅਤੇ ਮੋਟਰਸਾਈਕਲ ਦੀ ਵੀ ਇਹਨਾਂ ਦੇ ਵੱਲੋਂ ਭੰਨ ਤੋੜ ਕੀਤੀ ਜਾਂਦੀ ਹੈ। ਤਾਂ ਜਦ ਪਰਿਵਾਰ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦਾਤਰ ਮਾਰ ਕੇ ਉਹਨਾਂ ਨੂੰ ਵੀ ਜ਼ਖਮੀ ਕਰ ਦਿੰਦੇ ਨੇ ਅਤੇ ਇਸ ਪਰਿਵਾਰ ਦਾ ਕਾਫ਼ੀ ਨੁਕਸਾਨ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਅਤੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। ਤਾਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਆਓ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਹਾ ਕਿ ਇਸ ਸੰਬੰਧੀ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਭੰਨ ਤੋੜ ਕੀਤੀ ਗਈ ਹੈ। ਗੱਡੀ ਕਾਫ਼ੀ ਨੁਕਸਾਨੀ ਗਈ ਹੈ, ਤਾਂ ਇਹ ਸਕੂਲ ਬੱਸ ਦਾ ਹਾਲ ਵੇਖ ਸਕਦੇ ਹੋ ਕੀ ਕੀਤਾ ਹੈ ਅਤੇ ਇੱਕ ਮੋਟਰਸਾਈਕਲ ਦੀ ਵੀ ਬੁਰੀ ਤਰੀਕੇ ਦੇ ਨਾਲ ਭੰਨ ਤੋੜ ਕੀਤੀ ਗਈ ਹੈ। ਤਾਂ ਪਹਿਲਾਂ ਇਹਨਾਂ ਦੇ ਵੱਲੋਂ ਗੇਟ 'ਤੇ ਦਾਤਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ, ਤਾਂ ਨਿਸ਼ਾਨ ਵੀ ਇਹ ਗੇਟ 'ਤੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੱਲ੍ਹ ਕੁਝ ਵੀ ਨਹੀਂ, ਮੁੰਡੇ ਨਾ ਇੱਦਾਂ ਲੜਾਈ ਲੜੂਈ ਹੋਈ ਅਤੇ ਘਰ ਆਣ ਕੇ ਪੈ ਗਏ ਨੇ ਅਤੇ ਉਹ ਆਣ ਕੇ ਇਹਨਾਂ 'ਤੇ ਆਹ ਡੰਡਾ ਮਾਰਿਆ। ਪਹਿਲਾਂ ਮੇਰੇ ਗਾਂ ਹੋਇਆ ਮੈਂ ਅਤੇ ਮੁੰਡੇ 'ਤੇ ਪੈ ਗਏ ਗਲ ਅਤੇ ਫਿਰ ਮੈਂ ਵੀ ਨਾ ਹੋਇਆ ਅਤੇ ਫਿਰ ਆਹ ਮਾਰੀ ਹੈ ਡਾਕਟਰ ਮਾਰਿਆ ਡਾਕਟਰ ਮਾਰ ਕੇ ਅੰਬਲੀ ਲਾ ਕੇ ਮਜ਼ਬੀ ਸਿੱਖ ਆਣ ਕੇ ਘਰ ਗਲ ਪੈ ਗਏ ਨੇ ਅਤੇ ਉਹਨਾਂ ਭੰਨ ਤੋੜ ਬਹੁਤ ਕੀਤੀ ਆ, ਸੱਟਾਂ ਬੁੜੀਆਂ ਲਾਈਆਂ ਨੇ, ਸਿਰ 'ਚ ਸੱਟ ਲਾਈ ਆ, ਹੱਥ ਵੱਢਿਆ ਵਾ। ਹਾਂਜੀ, ਕੀ ਗੱਲ ਹੋਈ? ਮਾੜੀ ਮੋਟੀ ਤੂੰ ਮੈਂ ਹੋਈ ਬਾਹਰ ਪਰਸੋਂ, ਤੂੰ ਦੋ ਦਿਨ ਪਹਿਲਾਂ ਤੂੰ ਮੈਂ ਹੋਈ ਬਾਹਰ ਅਤੇ ਇਸੇ ਗੱਲੋਂ ਬੰਦੇ ਉਹਨਾਂ ਸ਼ਰਾਬ ਪੀਤੀ ਸੀ ਸਾਰਿਆਂ ਨੇ ਅਤੇ ਉਹਨਾਂ ਗੇਟ ਗੂਟ ਵੱਢਤਾ ਆਣ ਕੇ, ਉਹ ਹੈਗੇ ਸੀ ਕੋਈ 15-20 ਜਾਣੇ ਜਨਾਨੀਆਂ ਵਿੱਚ, ਉਹਨਾਂ ਗੇਟ ਵੱਢਿਆ, ਗੱਡੀ ਭਾਂਤੀ, ਬੱਸ ਭਾਂਤੀ, ਸਕੂਲ ਵਾਲੀ ਮੋਟਰਸਾਈਕਲ ਵੱਢਤਾ ਸਾਰਾ। ਹਾਂਜੀ, ਸਾਨੂੰ ਸੱਟਾਂ ਲਾਈਆਂ, ਸੱਟਾਂ ਬਹੁਤ ਲਾਈਆਂ, ਬਹੁਤ ਕੁੱਟਿਆ ਉਹਨਾਂ ਨੇ। ਸੱਟ ਹੱਥ 'ਤੇ ਲੱਗੀ, ਹੱਥ 'ਤੇ ਕਿਰਪਾਨ ਮਾਰੀ ਆ ਅਤੇ ਸਿਰ 'ਚ ਲੱਗੀਆਂ ਪੈਪ ਸੀ ਲੋਹੇ ਦੇ ਉਹਨਾਂ ਕੋਲ, ਸਾਰਿਆਂ ਬੰਦਿਆਂ ਕੋਲ ਸੰਦ ਸੀ। ਹਾਂਜੀ, ਅਤੇ ਲੇਡੀਜ਼ ਘਰ ਨਹੀਂ ਸੀ ਮੇਰੇ, ਅੱਗੇ ਇਕੱਲੇ ਮਾਤਾ ਜੀ ਮੇਰੇ ਘਰ ਸੀ, ਉਹਨਾਂ ਨੂੰ ਵੀ ਗਾਲ ਮੰਦਾ ਕਰਕੇ ਗਏ। ਇਨਸਾਫ ਚਾਹੀਦਾ। ਹਾਂਜੀ, ਪਤਾ ਜੀ, ਨਾਂ ਆਪਣਾ ਬੇਲਾ, ਬਿੱਕੋ ਅਤੇ ਗੋਰੀ ਅਤੇ ਆਪਣਾ ਨੀਟਾ ਅਤੇ ਆਪਣਾ ਨੀਟਾ ਸੀ, ਘੁੱਗੀ ਸੀ ਇੱਕ, ਗਿਆਨ ਸਿੰਘ ਦਾ ਮੁੰਡਾ, ਦਿਜੋਵਾਲ ਦੇ ਰਹਿਣ ਵਾਲੇ ਨੇ। ਪੁਲਿਸ ਨੂੰ ਦਰਖਾਸਤ ਦਿੱਤੀ ਹੈ, ਮੌਕਾ ਵੇਖ ਕੇ ਗਈ। ਹਾਂਜੀ, ਮੰਗ ਇਨਸਾਫ ਚਾਹੀਦਾ ਸਾਨੂੰ ਜੋ ਵੀ। ਅਤੇ ਇਹਨਾਂ ਦਾ ਥੋੜ੍ਹਾ ਬਾਹਰਲਾ ਮਨਦੀਪ ਸਿੰਘ, ਥੋੜ੍ਹਾ ਇਹਨਾਂ ਦਾ ਬੋਲ ਬੁਲਾਰਾ ਹੋਇਆ ਕੋਈ ਮਾੜਾ ਮੋਟਾ, ਅਤੇ ਉਸੇ ਕਰਕੇ ਨਸ਼ੇ ਦੇ ਨਸ਼ੇ 'ਚ ਧੁੰਨ ਧੋ ਕੇ ਬੀਬੀਆਂ, ਬੱਚੇ, ਬੰਦੇ, 7 ਵਜੇ ਦਾ ਟਾਈਮ ਆ, ਇਹਨਾਂ ਦੇ ਘਰ ਆਣ ਕੇ ਗੇਟ ਵੱਢਿਆ, ਦਾਤਰ ਮਾਰੇ, ਕਿਰਪਾਨਾਂ ਮਾਰੀਆਂ, ਸਕੂਲ ਵਾਲੀ ਬੱਸ ਭੰਨੀ, ਮੋਟਰਸਾਈਕਲ ਭੰਨਿਆ, ਗੱਡੀ ਭੰਨੀ ਇਹਨਾਂ ਦੀ, ਮਤਲਬ ਘਰਦਿਆਂ ਨੂੰ, ਸਾਡੀ ਭਰਜਾਈ ਨੂੰ ਬਹੁਤ ਮੰਦਾ ਚੰਗਾ ਬੋਲ ਕੇ ਗਏ, ਬਹੁਤ ਗਾਲੀ ਗਲੋਚ ਕੀਤਾ ਇਹਨਾਂ, ਅਤੇ ਇਹਨਾਂ ਦੇ ਦਾਤਰ ਮਾਰੇ ਆ, ਮੇਰਾ ਭਰਾ ਆ ਇਹਨਾਂ ਦੇ ਸਿਰ 'ਚ ਦਾਤਰ ਵੱਜਾ ਆ, ਆਹ ਮੇਰਾ ਆਪਣੇ ਇਹਨਾਂ ਦੇ ਉਂਗਲਾਂ 'ਤੇ ਮਾਰਿਆ ਆ, ਸਿਰ 'ਚ ਮਾਰਿਆ ਆ,
ਅਤੇ ਇਹਨਾਂ ਨੂੰ ਜੀ ਇਨਸਾਫ ਚਾਹੀਦਾ। ਪੁਲਿਸ ਨੂੰ ਦਰਖਾਸਤ ਦਿੱਤੀ, ਪੁਲਿਸ ਨੂੰ ਕੰਪਲੇਂਟ ਕੀਤੀ ਹੈ, ਦਰਖਾਸਤ ਦਿੱਤੀ ਆ, ਇੱਥੇ ਮੌਕਾ ਵੇਖ ਕੇ ਗਈ ਹੈ ਪੁਲਿਸ ਅਤੇ ਮੰਗ ਸਾਨੂੰ ਇਨਸਾਫ ਚਾਹੀਦਾ ਜੀ, ਉਹਨਾਂ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਸਖ਼ਤ ਤੋਂ ਸਖ਼ਤ, ਅੱਗੇ ਤੋਂ ਇਹੋ ਜਿਹੀ ਜਿਹੜੀ ਹਰਕਤ ਆ ਉਹ ਨਾ ਹੋਵੇ। ਇਹ ਪਿੰਡ ਦੂਜੋਵਾਲ ਦਾ ਹੈਗਾ, ਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦੂਜੋਵਾਲ, ਇਹ ਕਿਤੇ ਆਪਣੇ ਘਰ ਦੇ ਵਿੱਚ ਰਸ਼ਮ ਪ੍ਰਸ਼ਾਦਾ ਪਾਣੀ ਛੱਕ ਕੇ ਬੈਠੇ ਸੀ ਅਤੇ ਜਿਹੜੀ ਦੂਜੀ ਪਾਰਟੀ ਆਈ ਹੈ ਉਹਨਾਂ ਨੇ ਆਣ ਕੇ ਅਤੇ ਇਹਦੇ ਘਰ ਦੀ ਜਿਹੜੀ ਭੰਨ ਤੋੜ ਕੀਤੀ ਹੈ, ਇੱਕ ਤਾਂ ਸਕੂਲ ਦੀ ਗੱਡੀ ਤੋੜੀ ਆ, ਉਹਦੇ ਸ਼ੀਸ਼ੇ ਸਾਰੇ ਤੋੜ ਤੇ ਗੱਡੀ ਦੇ ਵੀ, ਇੱਕ ਮੋਟਰਸਾਈਕਲ ਤੋੜਿਆ, ਮੋਟਰਸਾਈਕਲ ਸਾਰਾ ਇਹਨੇ ਟੈਚੀ ਉੱਤੋਂ ਸਾਰਾ ਅੱਗ ਤੋੜਤਾ ਵਾ, ਇੱਕ ਅਲਟੋ ਗੱਡੀ ਆ ਉਹਦਾ ਵੀ ਇੰਨਾ ਸੀਰੇ ਸਾਰੇ ਸਾਰੇ ਤੋੜ ਛੇ ਇਹਨਾਂ ਨੇ, ਅਤੇ ਗੇਟ ਦੀ ਭੰਨ ਤੋੜ ਕੀਤੀ ਹੈ, ਇਹ ਦੱਸਦੇ ਵੀ 10-12 ਬੰਦੇ ਆਏ, 10-12 ਬੰਦੇ ਨੇ ਆਣ ਕੇ ਅਤੇ ਇਹਨਾਂ ਦੀ ਸਾਰੀ ਭੰਨ ਤੋੜ ਕੀਤੀ ਇਹਨਾਂ ਦੀ, ਜਾਂਚ ਕੀਤੀ ਜਾ ਰਹੀ ਹੈ। ਹਾਂਜੀ ਹਾਂਜੀ, ਉਹਨਾਂ ਦੂਜੀ ਪਾਰਟੀ ਦਰਖਾਸਤ ਆਈ ਹੈ ਇਹਦੇ ਵੱਲੋਂ ਰਵਿੰਦਰ ਸਿੰਘ ਵੱਲੋਂ, ਅਤੇ ਆਪਾਂ ਜਿਹੜੀ ਜੋ ਵੀ ਜਾਂਚ ਜਿਹੜੀ ਆਏਗੀ ਅਤੇ ਬਣਦੀ ਕਾਰਵਾਈ ਕੀਤੀ ਜਾਊਗੀ।